कोई
लोग अवगुणों की
पत्नी खोली आए, जो खरीदना है हर दुकान ते सौदा नहीं ते जे भला जिस दुकान ते सौदा है उत्थे आ जाए पछाण भी हो जाए फिर वो अपने अंदर चात मारे मेरे कोल इनकी कीमत है। दो लाइन अंदर गुरु ने यह फैसला दिता, कह लगे रतन तेरी गुथली रतनी खोली रतन वाले ने, रतनी तो भाव जिड़ा रतन वाला है मालिक है जिंदी गुथली है गुथली पटारी खोल ली। वणजारे आ गए, व्यापारी आ गए, उन्हां दोहां विच सांझ पैदा हो गई, आना ही चाहिदा सी। पर कहन लगे इस तो अगला मसला यह है पैदा हो गई पर वो सांझ सफल किवें है, सफल ते तां है जे उन्दे कोल कीमत है, उन्दे कोल कीमत पसंद करने वाले तां कई हुंदे ने। कहन लगी जिने परदेश जाग
सौदा ठीक है, भरोसा बनता है। तो कहता नहीं इतों ही लेना है, भावे चार पैसे महंगा मिले इतों ही लेना है, क्योंकि इनके कोल सौदा दुरुस्त है। ये अक्सर सारी रोजाना की जिंदगी की एग्जाम्पल है। गाहक को ये भरोसा हो गया। तुम अक्सर देखोगे आम जीवन में भी जिस किसी को पता लग जाए ना भी इतों चीज ठीक मिलती है, दूजी दुकान पर नहीं चलता, वह कहता नहीं चार पैसे महंगी है, पर है दोस्त ओरिजिनल चीज, इतने धोखे का चांस नहीं। गाहक का भरोसा। दूजे पास जे गाहक ते गुरु का मालिक का दुकानदार का शाह का भरोसा बन जाए भी ये गाहक ठीक है, दिलो चाहता है ये पछाण लाए, ये गाहक ईमानदार है, तो किसी वेल उनके कोल चार पैसे घट भी हो घट आम लोगों ना जीवन की गल चार पैसे घट भी हो तो फिक्र ना कर आ जाएंगे। ये तेनू चीज पसंद है ना, तेनू मेरी चीज ते भरोसा, मैनू तेरे ते भरोसा, ये है सिख ते गुरु दा आपसी संबंध। ऐसा पैगोदास जी ने भावे एग्जाम्पल किसी होर थां ते कीती पर दो दो पासे नहीं कीती। शरण सरण गुर एक पैंडा जाए चल, ये लफ्ज़ क्यों आखे? असी गुरु वल वधी है ते गुरु साडे वल भी वधदा है।
ਗਾਹਕ ਨੂੰ ਵਸਤੂ ਪਸੰਦ ਹੋਵੇ, ਦੁਕਾਨਦਾਰ ਪਸੰਦ ਹੋਵੇ, ਉਹ ਉੱਥੋਂ ਚੋਗਾ ਹੋ ਜਾਏ ਕਿ ਇੱਥੇ ਹਰ ਕੀਮਤ 'ਤੇ ਇੱਥੋਂ ਹੀ ਖਰੀਦਣੀ, ਕਿਉਂਕਿ ਇੱਥੇ ਧੋਖੇ ਦਾ ਡਰ ਨਹੀਂ, ਇਹ ਭੇਖਧਾਰੀ ਨਹੀਂ, ਇਹ ਪਖੰਡੀ ਨਹੀਂ, ਇੱਥੋਂ ਹੀ ਜੀਵਨ ਦਾ ਮਸਲਾ ਵੱਖਰ ਮਿਲਣਾ ਹੈ। ਅਤੇ ਫਿਰ ਗੁਰੂ ਵੀ ਇੰਨਾ ਰਹਿਮਤ ਵਾਲਾ ਹੁੰਦਾ ਹੈ, ਉਹ ਕਹਿੰਦਾ ਨਹੀਂ ਜੇ ਕਿਸੇ ਵਕਤ ਇਹਦੇ ਵਿੱਚ ਕੋਈ ਕਮੀ ਹੈ ਨਾ, ਉਹ ਮੈਂ ਆਪੇ ਪੂਰੀ ਕਰ ਲਵਾਂਗਾ। ਰੋਜ਼ਾਨਾ ਦੀ ਗਲਤੀ ਸ਼ਾਹ ਵੀ ਆਖਦਾ ਕੋਈ ਨਹੀਂ, ਫਿਰ ਆ ਜਾਵਾਂਗੇ, ਫਿਰ ਆ ਜਾਵਾਂਗੇ। ਭਾਈ ਸਾਹਿਬ ਨੇ ਇਸੇ ਲਈ ਆਖਿਆ, ਚਰਨ ਸਰਨ ਗੁਰੂ ਇੱਕ ਪੈਂਡਾ ਜਾਏ ਚੱਲ, ਕਹਿਣ ਲੱਗੇ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਨੇ, ਦੋਵਾਂ ਦੀ ਸਾਂਝ ਹੈ। ਅਤੇ ਉਹਨਾਂ ਦੀ ਸਾਂਝ ਵਿੱਚੋਂ ਸਤਿਗੁਰੂ ਨੇ ਆਪਣੀ ਰਸਨਾ ਤੋਂ ਇਹ ਲਫ਼ਜ਼ ਆਖੇ ਨੇ, ਵੱਖਰ ਤੇ ਬਣ ਜਾ ਰਿਹਾ ਵੱਖਰ ਤੇ ਬਣ ਜਾ ਰਿਹਾ ਦੋਹਰ ਹੀ ਸਮਾਏ ਮੇਰੇ ਕੋਲ ਇੰਨੇ ਕੁ ਗੁਣ ਨੇ, ਬਾਕੀ ਤੂੰ ਦੇ ਦੇ। ਗੁਰੂ ਨੇ ਬਾਣੀ ਵਿੱਚ ਚੱਕਿਆ, ਕਹਿੰਦੇ ਸਭ ਗੁਣ ਤੇਰੇ ਅਮੁੱਲ ਵਪਾਰ ਅਮੁੱਲ ਵਪਾਰ
एक पक गुना वाले लोग, गुना वाले लोग गुना दी रास पल्ले भन के आते ने गुणवान गुणवंती सौदा हुआ गुणवंती गुण भी थे गुणा की रास अगे रख देते। पर एक ख्याल करो दूजा पक्ष कुछ लोग ऐसे ने जिन्हां कोल गुण नहीं कि वो ना हो ਕੋਲ ਗੁਣ ਨਹੀਂ ਨਾ ਆਓ ਅਰੇ ਖੈਰ ਭਰਿਓ ਜੇ ਦਿਲ ਦਾ ਸੱਚਾ ਹੋਵੇ ਨਾ ਇਮਾਨਦਾਰ ਹੋਵੇ ਤੇ ਫਿਰ ਗੁਣ ਪੱਲੇ ਨਾ ਵੀ ਹੋਣ ਤੇ ਗੁਰੂ ਗੁਣ ਦਿੰਦਾ ਗੁਣਵੰਤਿਆ ਗੁਣ ਦੇ ਗੁਰੂ ਦਾ ਇਹ ਦਰਬਾਰ ਜਿਹੜਾ ਹੈ ਇਹ ਨਿਰਗੁਣਾਂ ਨੂੰ ਗੁਣ ਦਿੰਦਾ ਵੀ ਹੈ। ਦੂਜਾ ਪੱਖ ਮੈਂ ਸਾਂਝਾ ਕਰਨਾ ਚਾਹੁੰਦਾ ਗੁਣ ਦਿੰਦਾ ਬਹੁਤਾਤ ਲੋਕ ਜਿਹੜੇ ਨੇ ਉਹ ਗੁਣਾਂ ਪੱਖੋਂ ਗਰੀਬ ਨੇ ਅਮੀਰ ਨਹੀਂ। ਬਲਕਿ ਮੈਂ ਤੇ ਕਈ ਵਾਰ ਇੱਕ ਗੱਲ ਕਹਿਣਾ ਹੁੰਦਾ ਆਪਾਂ ਦਰਵਾਜ਼ੇ ਜਦੋਂ ਵੜਨੇ ਆ ਉੱਪਰ ਅਸੀਂ ਇੱਕ ਪਲੇਟ ਲਾਈ ਹੋਈ ਹੈ ਕਦੀ ਉਹਨੂੰ ਧਿਆਨ ਨਾਲ ਭਰਿਓ ਲੰਘਦਿਆ ਸੁਭਾਵਿਕ ਲੰਘ ਆਈ ਦਿਆ ਵਾਪਸ ਚਲੇ ਜਾਓ। ਉੱਥੇ ਗੁਰਬਾਣੀ ਦੀ ਇੱਕ ਲਾਈਨ ਹੈ ਉਹ ਹੈ ਸਤਸੰਗਤ ਸਤਿਗੁਰ ਚਟਸਾਲ ਹੈ। ਸਤ ਸੰਗਤ ਕੀ ਹੈ? ਸਤਿਗੁਰੂ ਦੀ ਅਕੈਡਮੀ ਹੈ, ਸਕੂਲ ਹੈ, ਚਟਸਾਲ ਹੈ, ਚਾਕੜਿਆਂ ਨੂੰ ਪੜ੍ਹਾਉਣ ਵਾਸਤੇ ਇੱਕ ਟਿਕਾਣਾ ਲਫ਼ਜ਼ ਹੈ। ਸਤਸੰਗਤ ਸਤਿਗੁਰ ਚਟਸਾਲ ਹੈ ਅਗਲੇ ਲਫ਼ਜ਼ ਨੇ ਜਿੱਤ ਹਰ ਗੁਣ ਸਿੱਖਾ। ਜਿੱਥੇ ਆ ਕੇ ਗੁਣ ਸਿੱਖੇ ਜਾਂਦੇ ਨੇ ਜਿਹਨਾਂ ਕੋਲ ਗੁਣ ਨਹੀਂ ਉਹਨਾਂ ਨੇ ਗੁਰੂ ਕੋਲ ਆਉਣਾ ਸੀ। ਤੇ ਮੈਂ ਕਈ ਵਾਰ ਵਿਚਾਰ ਕਰਦੇ ਹਾਂ ਗੱਲ ਕਹਿਣਾ ਹੁੰਦਾ ਸਕੂਲ ਜਿਹੜੇ ਬਣੇ ਨੇ ਉਹ ਕੋਈ ਉਸਤਾਦਾਂ ਵਾਸਤੇ ਬਣੇ ਨੇ ਮਾਸਟਰਾਂ ਵਾਸਤੇ ਬਣੇ ਨੇ ਕੋਈ ਪ੍ਰਿੰਸੀਪਲਾਂ ਵਾਸਤੇ ਬਣੇ ਨੇ ਅਨਪੜ੍ਹਾਂ ਵਾਸਤੇ ਬਣੇ ਨੇ। ਜਿਸ ਦਿਨ ਦੁਨੀਆ ਅੰਦਰ ਕੋਈ ਅਨਪੜ੍ਹ ਨਾ ਰਿਹਾ ਸਕੂਲ ਕੀ ਕਰਨੇ ਨੇ? ਸਕੂਲਾਂ ਦੀ ਕੋਈ ਵੈਲਿਊ ਨਹੀਂ ਜਿੱਥੇ ਪੜ੍ਹਨ ਵਾਲਾ ਹੀ ਕੋਈ ਨਹੀਂ। ਜਿੱਥੇ ਸਾਰੇ ਪੜ੍ਹੇ ਲਿਖੇ ਹੀ ਹੋਣ ਉੱਥੇ ਸਕੂਲ ਦੀ ਕੀ ਲੋੜ ਹੈ? ਸਕੂਲ ਕੋਈ ਪੜ੍ਹੇ ਲਿਖਿਆ ਵਾਸਤੇ ਨਹੀਂ ਬਣੇ, ਉਹ ਅਨਪੜ੍ਹਾਂ ਵਾਸਤੇ ਬਣੇ। ਇੱਕ ਖਿਆਲ ਕਰਿਓ। ਬਲਕਿ ਅਗਲੀ ਗੱਲ ਸੋਚਣ ਵਾਲੀ ਇਹ ਹੈ ਕਿ ਇੱਕ ਪ੍ਰਿੰਸੀਪਲ ਕਦੀ ਇਹ ਓਬਜੈਕਸ਼ਨ ਕਰਦਾ ਵੀ ਮੈਂ ਤੇ 20 ਸਾਲ ਪੜ੍ਹਾਈ ਤੇ ਲਾਏ ਨੇ, ਮੈਨੂੰ ਤੁਸੀਂ ਉੱਥੇ ਬਿਠਾ ਦਿੱਤਾ ਜਿੱਥੇ ਚਾਰ ਚੁਫੇਰੇ ਮੇਰੇ ਅਨਪੜ੍ਹ ਬੱਚੇ ਨੇ, ਮੈਂ ਅਨਪੜ੍ਹ ਵਿੱਚ ਬਹਿ ਕੇ ਹੀ ਕਰਨਾ। ਕਦੀ ਕਿਸੇ ਪ੍ਰਿੰਸੀਪਲ ਨੇ ਇਹ ਓਬਜੈਕਸ਼ਨ ਕੀਤਾ? ਜਦੋਂ ਸਕੂਲ ਜਾਂਦਾ ਪੜ੍ਹਾਉਣ ਵਾਲਾ ਇੱਕ ਹੁੰਦਾ, ਪੜ੍ਹਨ ਵਾਲੇ 40 ਚਾਰ ਚੁਫੇਰੇ ਬੈਠੇ ਹੁੰਦੇ ਨੇ, ਉਹ ਸਾਰੇ ਅਨਪੜ੍ਹ ਹੁੰਦੇ ਨੇ। ਬੱਚਿਆਂ ਵਿੱਚ ਬਿਠਾ ਛੱਡੇ, ਉਹ ਕਹਿੰਦਾ ਮੈਂ ਬਣਿਆ ਹੀ ਇਹਨਾਂ ਵਾਸਤੇ, ਇਸ ਵਜ੍ਹਾ ਤਾਂ ਹੀ ਪੜ੍ਹਾ ਸਕਦਾ, ਉਹ ਕਹਿੰਦਾ ਮੈਂ ਇਹਨਾਂ ਵਾਸਤੇ ਬਣਿਆ। ਵਿਸ਼ਵਾਸ ਕਰਿਓ ਮੇਰੇ ਰੱਬ ਨੇ ਗੁਰੂ ਉਹਨਾਂ ਵਾਸਤੇ ਬਣਾਇਆ ਜਿਹਨਾਂ ਕੋਲ ਗੁਣ ਨਹੀਂ। ਮੇਰੇ ਰੱਬ ਨੇ ਜੇ
गुरु बनाया है, गुरु की उपज हुई है, जो गुरु की लोड़ प्रतीत हुई है तुम पढ़ा, जो सारे गुणवान ही होंगे, सारे गुण नाल भरपूर होंगे, फिर खोरे गुरु की भी लोड़ ना होंगी। गुरु का दरबार की है जिथे जिन्ना कोल गुण नहीं वो इतों गुण लैन आन, ऐसे रुकना चाहता। गुरु के दरबार में गुण दिते जाते, मदद है गुरु की, जिन्ना कोल गुण नहीं उन्होंने गुण दिया ताकि वह निर्गुण ना रह। इसलिए लफ्ज ने सतसंगत सतगुरु चटसाल है जित हर गुण सिखा। ते कई बार ऐसा होंदा है कि बच्चे पढ़ लिख के उस गुण गुणा की रिवाइव नहीं करते, उन्होंने कभी जीवन में धारण करके वरतते नहीं, हौली हौली पै पै गुण गल जाते। ऐसे लोग गुरु ने बाणी में आखे हर बिसरत मन एक ना चेत समूर मना, मन एक ना चेत समूर मना। हर बिसरत हर बिसरत तेरे गुण गवेया, जीवन में उन्होंने रिवाइव नहीं किया। आया भी गुरुद्वारे उत्थे बाणी सुनी भी बाणी समझी भी पता भी लग गया गुण है, पर उन्होंने रिवाइव वरतों ने की। सुनी सुनाई गल भी हौली हौली भुल गई मेरे गुरु ने की आख्या, क्योंकि वह गुणा का गाहक बन के नहीं आया, उन्होंने गुणा की कदर ते कीमत का नहीं पता लगा। गुरु ने एवं नहीं इस शब्द की पहली लाइन में एक लफज कहे धार्मिक स्थान ने जिथे दो दो घंटे मत्था टेकने की बारी नहीं आती, अक के उन्होंने कड़ा प्रशादी देख वाला भी बाहर ही बिठा छड़े भी इतने होर देर लगेगी तुरे जा बाहर जाके कड़ा प्रशाद ले लेंगे। भीड़ की निशानी है, गिनती बहुत है। कोई नगर अगे कभी इन्हें गुरुद्वारे होंगे सब का, कोई नगर कोई महला ऐसा नहीं। गुरुद्वारे बनाने वाले पहला उड़ीकते रहते हैं कितने किन्नी बसों कोई उ गुरुद्वारा बनाइए, गुरुद्वारे बने क्यों बनाते, क्योंकि उन्होंने पता गाहक नहीं। गुरुद्वार की ज्यादा तादाद मत समझो कि प्रचार लिए बन रही है, इसलिए पता लग गया है भी ये गुरुद्वारे आने वाले लोग ने आएंगे इतने बसो हो तो ये गुरुद्वारा बना बनाए। पर वेखना यह है कि उस गुरुद्वारे आने वाले किन्ने क गुणवान होए, ये तुम हर हफ्ते अखबार भी पढ़ लेंगे हो, सोशल मीडिया से भी देख लेंगे दे। जीवन की हालत की, क्योंकि लोग गुरुद्वारे आते हैं, गुरबाणी का गुण है, गुरबाणी का हर एक फिक्र हर एक लफज जो सू कोई गुण देख जाता है। पर जे गुर बहुत आत लोग तो इस
ਦਿਨ ਜਿਨ੍ਹਾਂ ਦਾ ਆਉਣਾ ਸਿਰਫ ਇੰਨਾ ਵੀ ਆਇਆ ਮੱਥਾ ਟੇਕਿਆ ਪਰਕਰਮਾ ਕੀਤੀ ਕਿਹੜਾ ਪ੍ਰਸ਼ਾਦ ਲਿਆ ਤੁਰ ਗਿਆ ਬਸ ਬਸ ਗੁਰਦੁਆਰੇ ਉਹ ਹੈ ਪਰ ਚਲੋ ਉਹਨਾਂ ਤੋਂ ਅੱਗੇ ਵਧੀਏ ਗੁਜ਼ਰ ਦਾ ਘੰਟਾ ਘੰਟਾ ਬੈਠਦਾ ਵੀ ਹੋਣਾ ਬੈਠਣ ਵਾਲਿਆਂ ਦੀ ਗਿਣਤੀ ਤੇ ਸਾਡੇ ਸਮਾਜ ਵਿੱਚ ਚੰਗੇ ਉੱਚੇ ਉਚੇਰੇ ਜੀਵਨ ਵਾਲਿਆਂ ਦੀ ਗਿਣਤੀ ਨੂੰ ਮਿਲ ਕੇ ਵੇਖ ਲਓ ਇਹਦਾ ਮਤਲਬ ਹੈ ਲੋਕ ਗੁਣ ਗੁਰੂ ਗੁਰਦੁਆਰੇ ਆਉਂਦੇ ਨੇ ਪਰ ਗੁਣ ਲੈਣ ਨਹੀਂ ਆਉਂਦੇ ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖ ਦਿੱਤੀ ਲੋਕ ਅਵਗਣਾ ਕੀ ਬਣੇ ਧਰਮੀ ਤੇ ਪ੍ਰਚਾਰਕ ਅਖਵਾਉਣ ਵਾਲੇ ਲੋਕ ਵੀ ਉਹਨਾਂ ਦੀ ਗਿਣਤੀ ਵਿੱਚ ਹੀ ਨੇ ਉਹਨਾਂ ਦੀ ਗਿਣਤੀ ਵਿੱਚ ਗੁਰੂ ਨੇ ਐਵੇਂ ਨੀ ਆਖ ਦਿੱਤਾ ਕਹਿਣ ਲੱਗੇ ਸਿੱਖ ਸਾਖਾ ਬਹੁਤੇ ਕੀ ਹੈ ਕਿ ਸੋ ਕੀ ਉਹਨਾਂ ਮੇਤ ਹੁਣ ਇਹ ਤਾਂ ਉਹਨਾਂ ਵਾਸਤੇ ਗੱਲ ਹੈ ਨਾ ਕਹਿਣ ਲੱਗੇ ਮੈਂ ਐਸੇ ਸਾਧੂ ਭੇਖਧਾਰੀ ਵੇਖਣਾ ਜਿਨ੍ਹਾਂ ਦੇ ਚੇਲੇ ਬੜੇ ਨੇ ਲੱਖਾਂ ਦੀ ਤਾਦਾਦ ਵਿੱਚ ਨੇ ਪਰ ਕਹਿੰਦੇ ਨੇ ਰੱਬ ਨੂੰ ਅਸੀਂ ਜਾਣਦੇ ਨੇ ਬਾਣੀ ਦੇ ਲਫ਼ਜ਼ ਨੇ ਕਹਿੰਦੇ ਨੇ ਸਿੱਖ ਸਾਖਾ ਬਹੁਤੇ ਕੀ ਹੈ ਕਿ ਸੋ ਕੀ ਉਹਨਾਂ ਮੇਤ ਰੱਬ ਨੂੰ ਰੱਬ ਨਾਲ ਸਾਂਝ ਤੋੜ ਰਹੇ ਕਿਸੋ ਕੀ ਉਹਨਾਂ ਮੀਤ ਮੇਰਾ ਉਹਨਾਂ ਦਾ ਕੋਈ ਸੰਬੰਧ ਨਹੀਂ ਹਾਂ ਆਹ ਸਿੱਖ ਸਾਖਾ ਦੀ ਗਿਣਤੀ ਦੇਖ ਲਓ ਮੇਰੇ ਕੋਲ ਜ਼ਿਆਦਾ ਬਾਣੀ ਦੇ ਲੋਕ ਮੈਂ ਆਪਣੀ ਮਨ ਸਿੱਖ ਸਾਖਾ ਬਹੁਤੇ ਕੀ ਹੈ ਕਿਸੋ ਕੀ ਉਹਨਾਂ ਮੀਤ ਚਾਲੇ ਥੇ ਹਰ ਮਿਲਨ ਕੋ ਘਰੋਂ ਤਾਂ ਤੁਰਿਆ ਸਾਂ ਰੱਬ ਨੂੰ ਮਿਲਣ ਵਾਸਤੇ ਭੇਤ ਬਣਾਇਆ ਸੀ ਰੱਬ ਨੂੰ ਮਿਲਣ ਵਾਸਤੇ ਮੈਂ ਦੁਨੀਆਂ ਛੱਡੀ ਸੀ ਮੈਂ ਬਿਹੰਗਮ ਬਣਿਆ ਸਾਂ ਵਿਆਹ ਨਹੀਂ ਸੀ ਕਰਾਇਆ ਪ੍ਰਵਾਦ ਨਹੀਂ ਸੀ ਕੀਤਾ ਇਸ ਲਈ ਰੱਬ ਨੂੰ ਮਿਲਣ ਦੇ ਰਾਹ ਵਿੱਚ ਕੋਈ ਰੁਕਾਵਟ ਨਾ ਬਣੀ ਚੱਲ ਇੱਥੇ ਹਰ ਮਿਲਣ ਕੋ ਪਰ ਪੰਜ ਚਾਰ ਛੇ ਜੀਆਂ ਦਾ ਪਰਿਵਾਰ ਤਿਆਗ ਦਿੱਤਾ ਤੇ ਲੱਖਾਂ ਆਦਮੀਆਂ ਵਿੱਚ ਘਿਰ ਗਿਆ ਸਿੱਖ ਸਾਖਾ ਬਹੁਤੇ ਕੀ ਹੈ ਕਿ ਸੋ ਕੀ ਉਹ ਨਮੀਤ ਚੱਲ ਇੱਥੇ ਹਰ ਮਿਲਣ ਕੋ ਵਿਚੇ ਅਟ ਕਿਉਂ ਜੀਤ ਚਿੱਤ ਤੰਦਰ ਮੈਂ ਕੀ ਅਟਕ ਗਿਆ ਇਹ ਚਾਲ ਵੱਡਾ ਹੋ ਬਾਬਾ ਫਰੀਦ ਜੀ ਦੇ ਇੱਕ ਲਾਈਨ ਪੜ੍ਹਨ ਵਾਲੇ ਇਸ ਸ਼ਲੋਕ ਦੇ ਬਾਬਾ ਫਰੀਦ ਕਹਿਣ ਲੱਗੇ ਦੱਸਣ ਵਾਲੇ ਆ ਕਿ ਮੈਂ ਦਰਵੇਸ਼ ਬਣ ਗਿਆ ਫਕੀਰ ਬਣ ਗਿਆ ਸਾਧ ਬਣ ਗਿਆ ਕਹਿਣ ਲੱਗੇ ਸੌਖੀ ਨਹੀਂ ਗਾਖੜੀ ਔਖੀ ਹੈ ਉਹ ਦਰਵੇਸ਼ੀ ਕੋਈ ਸੌਖੀ ਨਹੀਂ ਸੰਤ ਬਣਨਾ ਸਾਧ ਬਣਨਾ ਕੋਈ ਸੌਖਾ ਨਹੀਂ ਭੇਖ ਪਹਿਨ ਲੈਣਾ ਆਸਾਨ ਹੈ ਬਣਾਵਟ ਬਣਾ ਲੈਣੀ ਆਸਾਨ ਹੈ ਪਰ ਫਰੀਦਾ ਦਰ ਦਰਵੇਸ਼ੀ ਗਾਖੜੀ ਕਹਿਣ ਲੱਗੇ ਨਤੀਜਾ ਕੀ ਹੈ ਚੱਲਾਂ ਦੁਨੀਆਂ ਭਰ ਜਿਹੜਾ ਕਿ ਦੁਨੀਆਂ ਫਿਰ ਰਹੇ ਸੀ ਆਪਣਾ ਵਿਹਾਰ ਬਣਾ ਕੇ ਇਹੋ ਜਿਹਾ ਮੈਂ ਦਰਵੇਸ਼ੀ ਨੂੰ ਆਪਣਾ ਵਿਹਾਰ ਬਣਾ ਕੇ ਤੁਰ ਪਿਆ ਦੁਨੀਆਂ ਦੀ ਭਾਤ ਦੁਨੀਆਂ ਦੀ ਤਰ੍ਹਾਂ ਦੁਨੀਆਂ ਦਾ ਤੇ ਮੇਰਾ ਕੀ ਫਰਕ ਰਹਿ ਗਿਆ ਉਹ ਆਪਣੇ ਢੰਗ ਨਾਲ ਵਪਾਰ ਕਰ ਰਹੀ ਸੀ ਮੈਂ ਆਪਣੇ ਢੰਗ ਨਾਲ ਕਰ ਰਿਹਾ ਕਹਿਣ ਲੱਗੇ ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆਂ ਭੱਤ ਦੁਨੀਆਂ ਦੀ ਤਰ੍ਹਾਂ ਉਹ ਵੀ ਪਰਿਵਾਰ ਵਿੱਚ ਚਾਰ ਛੇ ਜੀਆਂ ਦੇ ਪਰਿਵਾਰ ਨੂੰ ਪਾਲਣ ਦੇ ਫਿਕਰ ਵਿੱਚ ਸਨ ਉਹਨਾਂ ਵਿੱਚ ਘਿਰੇ ਹੋਏ ਸਨ ਮੈਂ ਲੱਖਾਂ ਚੇਲਿਆਂ ਚਾਟਦੇ ਹੋਏ ਘਿਰਿਆ ਹੋਇਆ ਉਹ ਆਪਣੇ ਚਾਰ ਛੇ ਕਮਰਿਆਂ ਦਾ ਬੈਡਰੂਮ ਦਾ ਘਰ ਬਣਾਉਣ ਦੇ ਫਿਕਰ ਵਿੱਚ ਸਨ ਮੈਂ ਟੇਕਣ ਵਿੱਚ ਡੇਰੇ ਬਣਾ ਕੇ ਬੈਠਾ ਮੈਂ ਇਹਨੂੰ ਮੇਨਟੇਨ ਕਰ ਰਿਹਾ ਫੈਸਲੇ ਬਣ
ਮੇਰਾ ਤਾਂ ਦੁਨੀਆ ਵਿੱਚ ਫਰਕ ਕੀ ਹੋਇਆ, ਮੈਂ ਵੀ ਦੁਨੀਆ ਦਾ ਆਦਮੀ ਹਾਂ ਇੱਕ। ਬਾਬਾ ਫਰੀਦ ਫਰੀਦਾ ਦਰ ਦਰਵੇਸ਼ੀ ਗਾਖੜੀ ਚੱਲ ਦੁਨੀਆ ਭਾਤ, ਦੁਨੀਆ ਦੀ ਭਾਤ, ਦੁਨੀਆ ਦੀ ਤਰ੍ਹਾਂ ਜੀਓ ਕਿ ਤੂੰ ਰੱਬ ਦੀ ਦਰਵੇਸ਼ੀ ਬਣ ਨੂੰ ਅਪਣਾਉਣਾ ਚਾਹੁੰਦਾ। ਕਹਿਣ ਲੱਗੇ ਨਹੀਂ, ਕਹਿਣ ਲੱਗੇ ਮੈਂ ਤਾਂ ਹੁਣ ਸੋਚ ਰਿਹਾ ਜਿਹੜਾ ਇਹ ਦੁਨੀਆ ਭਾਤ ਦੀ ਪੋਟਲੀ ਗੰਢ ਸਿਰ 'ਤੇ ਉਠਾਈ ਹੋਈ ਹੈ ਨਾ, ਲੋਕ ਅਵਗਨਾ ਕੀ ਬੰਨੇ ਗੰਠੜੀ, ਮੈਂ ਵੀ ਰੁੱਖੀ ਹੋਈ ਹੈ, ਲੋਕਾਂ ਵਰਗੀਆਂ ਚੱਲਾਂ ਦੁਨੀਆ ਭਾਤ। ਹੁਣ ਤਾਂ ਮੈਂ ਫਿਕਰ ਵਿੱਚ ਪਿਆ ਹੋਇਆ, ਬਾਬਾ ਫਰੀਦ ਆਪਣੇ ਮਨ ਦੀ ਅਵਸਥਾ ਦੱਸਦੇ ਨੇ, ਕਹਿੰਦੇ ਨੇ ਹੁਣ ਤਾਂ ਮੈਂ ਫਿਕਰ ਵਿੱਚ ਪਿਆ ਹੋਇਆ, ਇਹ ਜਿਹੜੀ ਲੋਕਾਂ ਵਰਗੀ ਗੰਠੜੀ ਸਿਰ 'ਤੇ ਚੁੱਕ ਕੇ ਤੁਰ ਗਿਆ ਹੋਇਆ ਅਤੇ ਦਰਵੇਸ਼ ਬਣਿਆ ਹੋਇਆ, ਕਿੱਥੇ ਸੁੱਟਾਂ ਇਹਨੂੰ ਤਾਂ ਕਿ ਮੇਰਾ ਬਚਾਅ ਹੋ ਜਾਏ। ਕਹਿਣ ਲੱਗੇ ਚਲਾ ਜਾਣਾ ਘੱਤ ਸੁੱਟ ਕੇ, ਆ ਜਿਹੜੀ ਪੋਟਲੀ ਸਿਰ ਤੇ ਪਖੰਡ ਦੀ ਚੁੱਕੀ ਹੋਈ ਕਿੱਥੇ ਸੁੱਟਾਂ, ਕਿ ਮੈਂ ਗਾਖੜੀ ਉਸ ਦਰਵੇਸ਼ੀ ਦੇ ਰਾਹ ਤੁਰ ਸਕਾਂ, ਮੈਂ ਦਰਵੇਸ਼ੀ ਦੇ ਰਾਹ ਤੁਰਿਆ ਸਾਂ ਪਰ ਦੁਨੀਆਦਾਰ ਬਣ ਗਿਆ। ਕਹਿੰਦੇ ਨੇ ਕਿੱਥੇ ਸੁੱਟਾਂ ਇਹ ਪੋਟਲੀ ਤਾਂ ਕਿ ਮੈਂ ਰੱਬ ਦੇ ਰਾਹ ਤੇ ਸੁਰਖਰੂ ਹੋ ਕੇ ਤੁਰ ਸਕਾਂ। ਬਾਬਾ ਫਰੀਦ ਹਾਲਤ ਇਹ ਹੈ ਕਿ ਉਹ ਗੁਰੂ ਜਿਹੜਾ ਗੁਣ ਵੰਡ ਰਿਹਾ ਹੈ ਉਹਦੇ ਕੋਲ ਵੀ ਆਉਂਦੇ ਨੇ, ਪਰ ਗੁਣ ਵੀ ਹੋਣਾ ਵਾਪਸ ਚਲਾ ਜਾਂਦਾ। ਸਿੱਖ ਗੁਰੂ ਹੈ ਜੀਵਨ ਨੂੰ ਬਦਲਣ ਵਾਲਾ, ਉਹ ਜਿਹੜਾ ਨਿਰਗੁਣ ਹੈ ਨਾ ਉਹਨੂੰ ਗੁਣ ਦਿੰਦਾ। ਮੈਂ ਹੈਰਾਨ ਹੋਇਆ, ਇੱਕ ਦਿਨ ਸੋਚ ਰਿਹਾ ਸਾਂ, ਗੁਰਬਾਣੀ ਨੇ ਦੋ ਲਫ਼ਜ਼ਾਂ ਨੂੰ ਸਾਹਮਣੇ ਆਏ, ਕਹਿਣ ਲੱਗੇ ਇੱਕ ਪਾਸੇ ਸਿੱਖ ਨੂੰ ਇਹ ਲਫ਼ਜ਼ ਵਰਤੇ ਸਿੱਖ ਪ੍ਰਤੀ, ਸਤਿਗੁਰ ਪੂਰਾ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਜੋ ਸਿੱਖਾਂ ਮੈਂ ਚੂਕ, ਕੀ ਕੀ ਬੋਲ ਰਿਹਾ, ਕੀ ਚੂਕ ਹੈ, ਅਖੇਲ ਦੇ ਇੱਕ ਨਾ ਲਾਗੇ ਜੋ ਬਾਂਸ ਵਜਾਇਆ ਫੂਕ, ਉਹਦਾ ਜੀਵਨ ਤਾਂ ਵਾਂਸ ਵਰਗਾ ਹੋ ਗਿਆ ਹੈ, ਇੱਕ ਪਾਸੋਂ ਫੂਕ ਮਾਰੋ ਦੂਜੇ ਪਾਸੇ ਨਿਕਲ ਜਾਂਦੇ। ਇੱਥੇ ਆਉਂਦਾ ਗੁਰੂ ਦੇ ਦਰਬਾਰ ਵਿੱਚ ਗੁਣ ਵੰਡੇ ਜਾ ਰਹੇ ਹੁੰਦੇ ਨੇ, ਇੱਕ ਕੰਨੋਂ ਸੁਣਦਾ ਦੂਜੇ ਕੰਨੋਂ ਫੜ ਦਿੰਦਾ, ਬਾਂਸ ਬਣਦੇ ਗੁਰਬਾਣੀ ਅੰਤੇ ਇੱਕ ਨਾ ਲਾਗੇ ਜੋ ਬਾਂਸ ਵਜਾਇਆ ਫੂਕ। ਗੁਰਦਾਸ ਵੀ ਕਹੇ ਹੋਏ ਲਫ਼ਜ਼ ਮੈਂ ਹੈਰਾਨ ਹੋਇਆ, ਉਹਨਾਂ ਨੇ ਬੜੀ ਖੂਬਸੂਰਤ ਇਸ ਗੱਲ ਦਾ ਵਿਸ਼ਲੇਸ਼ਣ ਕੀਤਾ। ਕਹਿਣ ਲੱਗੇ ਵਾਂਸ ਜੇ ਭਲਾ ਆਪਣੇ ਆਪ ਵਿੱਚ ਪਛਤਾ ਜਾਏ, ਆਖੇ ਜੀ ਮੈਂ ਤਾਂ ਨਿਰਗੁਣ ਹਾਂ ਅੰਦਰੋਂ ਸੱਖਣ ਹਾਂ, ਫੂਕ ਇੱਕ ਪਾਸੋਂ ਆਉਂਦੀ ਹੈ ਦੂਜੇ ਪਾਸੇ ਚਲੀ ਜਾਂਦੀ ਹੈ, ਜੇ ਭਲਾ ਵਾਂਸ ਪਛਤਾ ਕੇ ਗੁਣ ਧਾਰਨ ਕਰਨ ਦੇ ਇਰਾਦੇ ਨਾਲ ਗੁਰੂ ਕੋਲ ਆ ਜਾਏ। ਤੇ ਭਾਈ ਸਾਹਿਬ ਨੇ ਇੱਕ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਇਉਂ ਹੀ ਹੋਵੇਗਾ ਜਿਵੇਂ ਕੋਈ ਵਾਂਸ ਕਿਸੇ ਬਾਂਸਰੀ ਬਣਾਉਣ ਵਾਲੇ ਕੋਲ ਚਲਾ ਜਾਏ। ਬਾਂਸ ਨੂੰ ਆਪਣੇ ਘਾਟ ਦਾ
निर्गुण होने का पछतावा हो पर उस पछतावे नाल ओ किसे बांसुरी बनाने वाले को क्योंकि बांसुरी लफज भी बांस तो ही बनया है बांस नहीं बनती ਅਖੇ ਉਹ ਕਿਸੇ ਬਾਂਸੀ ਬਣਾਉਣ ਵਾਲੇ ਕੋਲ ਚਲਾ ਜਾਏ ਉੱਥੇ ਆਪਾਂ ਸਮਰਪਣ ਕਰ ਲਵੇ ਭਾਵ ਜਿਹਦੇ ਕੋਲ ਗੁਣ ਨਹੀਂ ਜੇ ਗੁਰੂ ਕੋਲ ਆ ਜਾਏ ਤੇ ਆਖੇ ਜੀ ਮੈਨੂੰ ਗੁਣ ਦੇ ਦੇ ਬਾਂਸ ਬਾਂਸਰੀ ਬਣਾਉਣ ਵਾਲੇ ਕੋਲ ਜਾਏ ਤੇ ਆਖੇ ਜੀ ਮੈਨੂੰ ਗੁਣ ਦੇ ਦੇ ਤੇ ਫਿਰ ਉਹ ਬਾਂਸਰੀ ਬਣਾਉਣ ਵਾਲਾ ਉਸੇ ਬਾਂਸ ਵਿੱਚ ਸੁਰਾਖ ਕਰਦਾ ਹੈ ਸੁਰਾਖ ਕਰਦਾ ਬਾਂਸਰੀ ਬਣਾ ਦਿੰਦਾ ਬਾਂਸਰੀ ਬਣਾ ਦਿੰਦਾ ਫਿਰ ਵੀ ਉਹਦੇ ਚ ਫੂਕ ਹੀ ਜਾਂਦੀ ਹੈ ਉੱਧਰ ਵੀ ਫੂਕ ਹੈ ਉੱਧਰ ਵੀ ਬਾਂਸ ਹੈ ਇੱਧਰ ਬਾਂਸਰੀ ਵਿੱਚ ਵੀ ਫੂਕ ਹੀ ਜਾਂਦੀ ਹੈ ਫਿਰ ਵੀ ਜਿਹਨੇ ਬਜਾਣੀ ਉਹਨੇ ਫੂਕ ਹੀ ਮਾਰਨੀ ਲੇਕਿਨ ਹੁਣ ਨਾ ਉਹ ਬਾਂਸ ਰਿਹਾ ਨਾ ਉਹ ਫੂਕ ਰਹੀ ਫੂਕ ਗੁਰ ਬਣ ਗਈ ਉਹ ਇੱਕ ਸੁਰੀਲੀ ਆਵਾਜ਼ ਬਣ ਗਈ ਉਹ ਇੱਕ ਸੰਗੀਤ ਬਣ ਗਈ ਉਹ ਹਰ ਕਿਸੇ ਦੇ ਸੁਣਨ ਦੀ ਚਾਹਤ ਬਣ ਗਈ ਹਿਰਦੇ ਵਿੱਚ ਥਾਂ ਬਣਾ ਗਈ ਕਹਿਣ ਲੱਗੇ ਬਾਂਸ ਤੇ ਫੂਕ ਉਹੋ ਹੀ ਨੇ ਪਰ ਜਦੋਂ ਕਿਸੇ ਬਣਾਉਣ ਵਾਲੇ ਦੇ ਗੁਣ ਦੇਣ ਵਾਲੇ ਦੇ ਚਰਨਾਂ ਵਿੱਚ ਸਮਰਪਿਤ ਹੋ ਜਾਂਦਾ ਫਿਰ ਉਹ ਬਾਂਸਰੀ ਬਣਦੀ ਹੈ ਫਿਰ ਬਾਂਸ ਵੀ ਉਹ ਹੁੰਦਾ ਫੂਕ ਵੀ ਉਹੋ ਹੀ ਹੁੰਦੀ ਹੈ ਪਰ ਲੋਕ ਉਹਨੂੰ ਅਪਣਾ ਕੇ ਆਪਣੇ ਹੱਥਾਂ ਨਾਲ ਲਾ ਕੇ ਰੱਖਦੇ ਨੇ ਸਾਰੀ ਚੀਜ਼ ਪੜ੍ਹ ਕੇ ਹੈਰਾਨ ਹੋਇਆ ਗੁਰੂ ਇੱਕ ਐਸਾ ਸਜਿੰਦਾ ਹੈ ਗੁਰੂ ਇੱਕ ਐਸਾ ਸਿਰਜਣਹਾਰ ਹੈ ਸਜਾਉਣ ਵਾਲਾ ਹੈ ਉਹ ਭਰਿਆ ਕੇਵਲ ਤੇ ਕੇਵਲ ਆਪਣੇ ਮਾਣ ਹਉਮੈ ਹੰਕਾਰ ਵਿੱਚ ਰਹਿ ਕੇ ਔਗਣਾਂ ਦੀ ਪੰਡ ਹੀ ਸਿਰ 'ਤੇ ਬੰਨ੍ਹ ਕੇ ਲੋਕਾਂ ਵਾਂਗੂੰ ਜੀਉ ਕੇ ਸੰਸਾਰ ਦੇ ਸਫ਼ਰ ਕਰਨ ਵਾਲਿਆ ਕਦੀ ਤੂੰ ਪਛਤਾਵੇਂ ਤੇ ਆਖੇ ਬੰਨ ਉਠਾਈ ਪੋਟ ਲਈ ਕਿੱਥੇ ਵੰਜਾ ਕੱਖ ਇਸ ਪਖੰਡ ਦੀ ਇਸ ਭੇਖ ਦੀ ਬਨਾਵਟ ਦੀ ਪੋਟਲੀ ਨੂੰ ਸੁੱਟ ਦੇਵੇਂ ਗੁਰੂ ਕੋਲ ਆ ਜਾਏ ਉਹ ਫਿਰ ਤੈਨੂੰ ਰੱਬ ਦੇ ਗੁਣ ਦੇਵੇਗਾ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਇਹਨਾਂ ਤਿੰਨ ਲਾਈਨਾਂ ਦੇ ਸ਼ਬਦ ਵਿੱਚ ਆਖੀ ਪਹਿਲੇ ਵਿੱਚ ਇਹ ਆਖਿਆ ਲੋਕ ਅਵਗਣਾ ਕੀ ਬਣਨੇ ਗੰਠੜੀ ਗੁਣ ਨਾ ਵਿਹਾ ਜੈ ਕੋਏ ਅਗਲੀ ਲਾਈਨ ਵਿੱਚ ਆਖਿਆ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਤੇ ਤੀਜੀ ਲਾਈਨ ਅੰਦਰ ਇੱਕ ਬਖਸ਼ਿਸ਼ ਕੀਤੀ ਤੇ ਕਹਿਣ ਲੱਗੇ ਗੁਰ ਪ੍ਰਸਾਦੀ ਗੁਣ ਪਾਈਆਂ ਗੁਰੂ ਦੀ ਕਿਰਪਾ ਨਾਲ ਗੁਣ ਮਿਲਦੇ ਨੇ ਇੱਥੇ ਆਉਣ ਵਾਲੇ ਨੂੰ ਹਰ ਇੱਕ ਨੂੰ ਵਿਸ਼ਵਾਸ ਹੋਵੇ ਕਿ ਮੈਂ ਇਸ ਦਰਬਾਰ ਵਿੱਚੋਂ ਗੁਣ ਲੈ ਕੇ ਜਾਣਾ ਕਹਿੰਦੇ ਨੇ ਗੁਰ ਪ੍ਰਸਾਦੀ ਗੁਣ ਪਾਈਆਂ ਜਿਸ ਨੂੰ ਨਦਰ ਜਾਣੇ ਜਿਹਦੇ 'ਤੇ ਰਹਿਮਤ ਕਰੇ ਉਹ ਗੁਰੂ ਦਰਬਾਰ ਵਿੱਚ ਆ ਕੇ ਗੁਰੂ ਕੋਲੋਂ ਗੁਣ ਲੈ ਕੇ ਜਾਂਦਾ ਨਹੀਂ ਤਾਂ ਦੁਨੀਆਂ ਦੇ ਲੋਕ ਤਾਂ ਆਪਣਾ ਦੀਆਂ ਗੰਢਾਂ ਬੰਨ੍ਹ ਕੇ ਸਿਰ 'ਤੇ ਪੋਟਲੀਆਂ ਉਠਾ ਕੇ ਤੁਰੇ ਫਿਰਦੇ ਨੇ ਜੀਵਨ ਦਾ ਰਾਹ ਅਪਣਾਉਂਦੇ ਗੁਰੂ ਨੇ ਇਹੋ ਗੁਰਬਾਣੀ ਵਿੱਚ ਆਖੀ ਕਹਿੰਦੇ ਜਿਸ ਨੂੰ
संगत सतगुर जटसाल है जित हर गुण सिखा गुरु दा दरबार बख्शिश करके गुण वंडन वाला है। इत्थे आउण वाला देखियो किते किसे अनगहली नाल गुणा तो खाली ना चला जाए। भाई गुरदास ने एक थां ते बड़ी खूबसूरत एग्जाम्पल दिती ते कहन लगे संख सुमुंदो सखना रोवे दे ताई। संख उसे ही समुंदर विच रहिंदा सी जिथे हीरे लाल जवाहरात मोती ने, उसे ही समुंदर विच रहिंदा सी। पर जदों संख नूं बाहर कढ़िया वेख्या ओ अंदरों सखना सी। भाई साहब कहिंदे ने हुण ओह ठाकर द्वारिया देवलां गुरद्वारिया दे दरवाजे ते जदों वजदा है ना संख वजांदे संतरां नूं, ते भाई साहब कहिंदे ने मैं जदों उस संख की आवाज़ सुनना मैनूं दिसदा जिवें तहां मार के रो रहा है ते आखदा है मेरे मालिक मैं समुंदर विच रह के भी सखना रह गया। संख समुंदरों सखना रोवे दे ताहे। इसलिए भरियो गुरु वाले होके श्री गुरु ग्रंथ साहब दे सिख अखवाण वाले होके इत्थे आके नमस्कारां करन वाले होके भी जे सिख गुणा नाल सांझ ना पैदा कर सकिया तो फिर जीवन संख वांगू हो जाएगा। गुरु बख्शिश करे सानू अपने दरों जीवन दे झोल जिहड़ी गुणा नाल भर देवे ताकि तू निर्गुणा नूं गुण देना है जिन्हां कोल गुण नहीं हे गुरु तू उन्हां नूं गुण देना है ते मैं भी निर्गुण सब गुण तेरे मैं ना ही कोई विन गुण कीते भगत ना हो कुछ गुण मेरी चोली भी पा दे ताकि मैं तेरे दरबार विच मुंह दिखाने जोगा रह जावां। इन्हां शब्दां नाल खिमा दे जा जी खां फतेह बुलाओ वाहिगुरु जी का खालसा वाहिगुरु जी।